की शराब दे ठेके उपर करोना नहीं, की सरकारी समागमा विच हुंदा इकट्ठ करोना नहीं, की करोना सिर्फ ग्राउंड विच खेडन नाल फैलदा है। पर जो समय दी हाकम सरकार आ उन्हां नूं चंगे काम करदिआं तों मेरे तों इन्नी कु प्रॉब्लम हो गई कि मैनू ग्राउंड दे विच खेडदे नूं जाके मेरे ते इक नजायज़ परचा दर्ज कर दित्ता। ते कौन करा रहा है? वो कहंदे जी कोई नहीं करा रहा, असीं तां खेडदे आ, जग्गी कौन आ, बाय नेम पुछिआ जांदा जी। ते उत्थे SHO साहब नूं मिले, मैनूं कहंदे टूरनामेंट कराउण तों। मैं कहा सर जी वी तफ्तीश करो वी की इह टूरनामेंट मैं करवा रहा। ते नहीं नहीं फड़ो इह ते परचा दो। ओ तूं टिक जा तेरे ते परचा होजू। कारण की आ? मेरी फैमिली कैनेडा वा जी। ते उहनां नूं इह आ वी ਮੈਨੂੰ ਇੱਕ ਪਰਚੇ ਦਾ ਹੂਆ ਬਣਾ ਵੀ ਤੂੰ ਕਿਤੇ ਕੈਨੇਡਾ ਨਹੀਂ ਜਾ ਸਕਦਾ, ਤੈਨੂੰ ਇੱਥੇ ਅਸੀਂ ਦੱਬ ਲਾਂਗੇ ਫਲਾਣੇ ਢਿਮਕਾ। ਅੰਨੀ ਤੇ ਬੋਲੀ ਹੋ ਚੁੱਕੀ ਸਰਕਾਰ ਦੀਆਂ ਅੱਖਾਂ ਤੇ ਕੰਨ ਖੋਲਣ ਦੀ ਕੋਸ਼ਿਸ਼ ਕਰ ਰਿਹਾ। ਤੇ ਹੁਣ ਸਰਕਾਰ ਆ ਉਹ ਮੇਰੀ ਬੋਲਤੀ ਨੂੰ ਬੰਦ ਕਰਾਉਣ ਤੇ ਉਹ ਚਾਹੁੰਦੀ ਆ ਵੀ ਸਾਡੇ ਵਾਂਗੂ ਤੂੰ ਵੀ ਗੂੰਗਾ ਹੋ ਜਾ। ਤੇ ਉਹਨਾਂ ਨੇ ਤਾਂ ਮੈਨੂੰ ਪਹਿਲਾਂ ਹੀ ਮੈਨੂੰ ਪਰਿਵਾਰ ਮੈਨੂੰ ਇਸੇ ਗੱਲ ਤੋਂ ਕਹਿੰਦਾ ਡਰਦਾ ਵੀ ਪੁੱਤ ਤੂੰ ਨਾ ਲੋਕਾਂ ਦੀ ਆਵਾਜ਼ ਉਠਾਇਆ ਕਰ ਵੀ ਤੈਨੂੰ ਇਹ ਮਾਰ ਦੇਣਗੇ ਮੇਰੀ। ਠੀਕ ਹੈ ਜੀ, ਪੁਲਿਸ ਨੂੰ ਦਬਾ ਰਹੇ ਨੇ, ਪੁਲਿਸ ਨੂੰ ਕੰਮ ਨਹੀਂ ਸਹੀ ਤਰੀਕੇ ਨਾਲ ਕਰਨ ਦਿੱਤਾ ਜਾ ਰਿਹਾ। ਠੀਕ ਹੈ ਜੀ, ਇਹ ਠੇਕਿਆਂ ਦੇ ਉੱਤੇ ਪੁਲਿਸ ਰੇਡ ਕਰੂਗੀ, ਜਦੇ ਫੋਨ ਵੱਜਦਾ ਛੱਡ ਦਿਓ ਸਾਡੇ ਬੰਦੇ। ਤੁਹਾਨੂੰ ਉੱਦਣ ਦੇ ਤੁਸੀਂ ਨਿਕਲੇ ਨਹੀਂ ਮਹਿਲ 'ਚੋਂ, ਇੱਕ ਦਿਨ ਨਿਕਲੇ ਤੁਹਾਨੂੰ ਕਰੋਨਾ ਹੋ ਗਿਆ। ਸਾਡੇ ਵਰਗੇ ਬੰਦੇ ਨਹੀਂ ਜੀ ਜਿਹੜੇ ਥਾਣਿਆਂ ਦੇ ਵਿੱਚ ਅਦਾਲਤਾਂ ਦੇ ਵਿੱਚ ਹਜ਼ਾਰਾਂ ਦੇ ਇਕੱਠ 'ਚ ਧੱਕੇ ਖਾਂਦੇ ਫਿਰਦੇ, ਇਨਸਾਫ ਮੰਗਦੇ। ਨਸ਼ਾ ਖਤਮ ਕਰ ਦਾਂਗੇ, ਨਸ਼ਾ ਖਤਮ ਕਰਨ ਨੂੰ ਪੰਜਾਬ ਸਰਕਾਰ ਕੀ ਨਹੀਂ ਕਰਦੀ? ਪੁਲਿਸ ਪ੍ਰਸ਼ਾਸਨ 30 ਮਿੰਟਾਂ 'ਚ ਖੇਡਦਾ ਨੌਜਵਾਨ ਤਾਂ ਚੱਕ ਕੇ ਲਿਆ ਸਕਦੀ ਆ ਗਰਾਊਂਡ ਨੂੰ। ਖੇਡਦੇ ਨਿਆਣਿਆਂ ਤੋਂ ਤਾਂ ਇਹਨਾਂ ਨੂੰ ਕਰੋਨਾ ਫੈਲਦਾ, ਜਦਕਿ ਇੱਕ ਗਰਾਊਂਡ ਪਿੰਡ ਤੋਂ ਬਾਹਰ ਦਾ ਗਰਾਊਂਡ ਅਸੀਂ ਭੱਜਾਂਗੇ ਪਸੀਨਾ ਆਊਗਾ ਤਾਂ ਹੀ ਸਾਡੇ 'ਚੋਂ ਕਰੋਨਾ ਨਿਕਲੂਗਾ। ਕਰੋਨਾ ਨੂੰ ਮਾਰਨਾ ਸਾਡਾ ਸਰੀਰ ਨਹੀਂ, ਕਰੋਨਾ ਨੂੰ ਮਾਰਨਾ ਜਾਂ ਸਾਨੂੰ ਦਵਾਈ ਦੱਸ ਦੇਣ। ਜੇ ਐਡੇ ਕਾਮਯਾਬ ਸਰਕਾਰ ਆ ਸਾਨੂੰ 10 ਦਿਨ ਟੈਸਟ ਕਰਦੇ ਸਾਡੇ ਫਿਰੀ ਜਾਂਦੇ ਪਿੰਡਾਂ 'ਚ, ਅਤੇ ਉੱਥੇ ਲਿਜਾ ਕੇ ਜੀ ਫਿਰ ਉਹਨਾਂ ਨੇ ਇਮੀਜੀਏਟਲੀ ਕਾਲਾਂ ਕਰੀਆਂ ਅਤੇ ਉਹਨਾਂ ਨੂੰ ਵੀ ਇਹੀ ਗੱਲ ਕਹੀ ਗਈ ਜੀ ਸਾਡੇ 'ਤੇ ਪੋਲੀਟੀਕਲੀ ਪ੍ਰੈਸ਼ਰ ਆ, ਅਸੀਂ ਤਾਂ ਜੀ ਪਰਚਾ ਕੱਟਾਂਗੇ। ਮੈਂ ਇੱਕ ਬਾਏ ਨੇਮ ਗੱਲ ਨਹੀਂ ਕਰੂੰ ਕਿ ਉਹ ਮੈਨੂੰ ਉਹਦੇ ਬੱਚਿਆਂ ਦੀ ਫਿਕਰ ਆ, ਪਰ ਮੈਂ ਉਹ ਪੁਲਿਸ ਪ੍ਰਸ਼ਾਸਨ ਦਾ ਬਿਆਨ ਗੁਰੂ ਦੀ ਹਜ਼ੂਰੀ 'ਚ ਹਾਜ਼ਰ ਨਾਜ਼ਰ ਹੋ ਕੇ ਦੱਸਦਾ। ਕਹਿੰਦੇ ਬੇਟਾ ਬਹੁਤ ਅਫਸੋਸ ਹੋ ਰਿਹਾ ਤੇਰੇ 'ਤੇ, ਕਰਨਾ ਪੈ ਰਿਹਾ ਪਰ ਇਹ ਸਿਆਸੀ ਰੰਜਿਸ਼ ਦੀ ਵਜ੍ਹਾ ਕਰਕੇ ਹੋ ਰਿਹਾ, ਤੇਰੇ 'ਤੇ ਸਿਆਸੀ ਪ੍ਰੈਸ਼ਰ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ, ਮੈਂ ਹਾਂ ਸੁਮਨ ਜੇਟਲੀ। ਇੱਕ ਤਸਵੀਰ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ 'ਤੇ, ਕੁਝ ਸਵਾਲ ਇੱਥੇ ਲਿਖੇ ਹੋਏ ਨੇ ਕਿ ਸ਼ਰਾਬ ਦੇ ਠੇਕੇ ਉੱਪਰ ਕਰੋਨਾ ਨਹੀਂ, ਕੀ ਸਰਕਾਰੀ ਸਮਾਗਮਾਂ ਵਿੱਚ ਹੁੰਦਾ ਇਕੱਠ ਕਰੋਨਾ ਨਹੀਂ, ਕੀ ਕਰੋਨਾ ਸਿਰਫ ਗਰਾਊਂਡ ਵਿੱਚ ਖੇਡਣ ਨਾਲ ਫੈਲਦਾ ਹੈ? ਤਾਂ ਤੁਹਾਨੂੰ ਮੈਂ ਦੱਸ ਦਿੰਦੀ ਹਾਂ, ਨੌਜਵਾਨ ਜਿਸਨੇ ਇਹ ਪੇਪਰ ਫੜਿਆ ਹੋਇਆ ਜਿਸ 'ਤੇ ਕੁਝ ਸਵਾਲ ਲਿਖੇ ਹੋਏ ਨੇ, ਇਸ ਨੌਜਵਾਨ ਦੀ ਸ਼ਿਕਾਇਤ ਹੈ ਕਿ ਇਹ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ, ਅਤੇ ਧੱਕੇਸ਼ਾਹੀ ਕਿਉਂ ਕੀਤੀ ਗਈ ਹੈ ਇਹਨਾਂ ਤੋਂ ਹੀ ਜਾਣ ਲੈਂਦੇ ਹਾਂ। ਜਗਜੀਤ ਜੀ, ਕੀ ਹੋਇਆ ਤੁਹਾਡੇ ਨਾਲ? ਹਾਂਜੀ, ਸਤਿ ਸ਼੍ਰੀ ਅਕਾਲ ਮੈਮ, ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਡੇਲੀ ਪੋਸਟ ਦਾ ਜਿਨ੍ਹਾਂ ਨੇ ਮੈਨੂੰ ਦਰ ਦਰ ਭੜਕਦੇ ਨੂੰ ਫੜ ਕੇ ਮੇਰੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ, ਤੁਹਾਡਾ ਤਹਿ ਦਿਲੋਂ ਧੰਨਵਾਦ ਆ ਜੀ। ਅਤੇ ਮੈਮ, ਮੈਂ ਨਗਰ ਬੇਗੋਲ ਤੋਂ ਬਿਲੋਂਗ ਕਰਦਾ ਵਾਂ, ਦਰਾਹੇ ਸ਼ਹਿਰ ਕੋਲ ਸਾਡਾ ਪਿੰਡ ਆ, ਅਤੇ ਉੱਥੇ ਅਸੀਂ ਗਰਾਊਂਡ ਦੇ ਵਿੱਚ ਲੰਬੇ ਸਮੇਂ ਤੋਂ ਤੁਹਾਨੂੰ ਪਤਾ ਪੇਂਡੂ ਲੈਵਲ 'ਤੇ ਅਸੀਂ ਮੁੰਡੇ ਖੇਡਦੇ ਖੁੱਡਦੇ ਰਹਿੰਦੇ ਹਾਂ ਜੀ। ਅਤੇ ਚਲੋ, ਨੌਜਵਾਨ ਖੂਨ ਆ ਜੀ, ਮੈਂ ਆਪਣੇ ਸਮਾਜ ਲਈ ਜੇ ਕੁਛ ਕਰਨਾ ਚਾਹੁੰਦਾ ਤਾਂ ਮੈਂ ਅੱਗੇ ਹੋ ਕੇ ਮੇਰੇ ਵੀ ਫਰਜ਼ ਬਣਦਾ ਮੈਂ ਕਰੂੰਗਾ। ਮੈਂ ਪਿੰਡ ਦੀ ਆਵਾਜ਼ ਲੋਕਾਂ ਦੇ, ਲੋਕ ਭਲਾਈ ਦੇ, ਜੋ ਵੀ ਚਲੋ ਮੇਰੇ ਤੋਂ ਵਾਹਿਗੁਰੂ ਸੇਵਾ ਲੈ ਰਿਹਾ ਮੈਂ ਕਰਦਾ ਰਹਿੰਦਾ। ਪਰ ਜੋ ਸਮੇਂ ਦੀ ਹਾਕਮ ਸਰਕਾਰ ਆ ਉਹਨਾਂ ਨੂੰ ਚੰਗੇ ਕੰਮ ਕਰਦਿਆਂ ਤੋਂ ਮੇਰੇ ਤੋਂ ਇੰਨੀ ਕੁ ਪ੍ਰੋਬਲਮ ਹੋ ਗਈ ਕਿ ਮੈਨੂੰ ਗਰਾਊਂਡ ਦੇ ਵਿੱਚ ਖੇਡਦੇ ਨੂੰ ਚੱਕ ਕੇ ਮੇਰੇ 'ਤੇ ਇੱਕ ਨਜਾਇਜ਼ ਪਰਚਾ ਦਰਜ ਕਰ ਦਿੱਤਾ ਗਿਆ ਜੀ। ਸਿਰਫ ਪਰਚੇ ਦੇ ਵਿੱਚ ਕਸੂਰ ਮੇਰਾ ਇੰਨਾ ਕੁ ਸੀ ਕਿ ਉੱਥੇ ਨੌਜਵਾਨ ਬੱਚੇ ਖੇਡ ਰਹੇ ਨੇ ਅਤੇ ਮੈਂ ਉਹਨਾਂ ਨੂੰ ਗਰਾਊਂਡ ਤਿਆਰ ਕਰਕੇ ਦੇ ਦਿੰਦਾ ਜੀ। ਅਤੇ ਅਚਾਨਕ ਜਿੱਦਣ ਉੱਥੇ ਅਸੀਂ ਖੇਡ ਰਹੇ ਸੀਗੇ ਉਹ ਮੁੰਡਿਆਂ ਦੇ ਮੈਚ ਸੀ, ਮੈਨੂੰ ਕਹਿੰਦੇ ਵੀਰੇ ਅਸੀਂ ਮੈਚ ਕਰਾਉਣਾ ਚਾਹੁੰਦੇ ਹਾਂ ਅਤੇ ਵੀ ਤੂੰ ਇੱਦਾਂ ਦਾ ਕਰਕੇ ਸਾਡਾ ਗਰਾਊਂਡ ਵਾਧੇ। ਅਤੇ ਮੈਂ ਆਪਣੇ ਘਰੇਲੂ ਪਾਕਟ ਮਨੀ ਦੇ ਵਿੱਚੋਂ, ਪਹਿਲਾਂ ਮੈਂ ਬਹੁਤ ਮਿਹਨਤਾਂ ਵੀ ਕਰਦਾ ਰਿਹਾ ਜੀ ਪ੍ਰਸ਼ਾਸਨ ਵਿੱਚ, ਸਾਡਾ ਗਰਾਊਂਡ ਦੀ ਮੈਂਟੇਨੈਂਸ ਰੱਖੋ, ਪਰ ਕੋਈ ਨਹੀਂ ਜੀ ਸਾਡੀ ਸੁਣਦਾ। ਚਲੋ ਅਸੀਂ ਘਰੋਂ ਮੈਂ ਪੈਸੇ ਲੈ ਕੇ ਮੈਂ ਉਹਨਾਂ ਦੇ ਟਰੈਕਟਰ ਵਗੈਰਾ ਨਾਲ ਵਧੀਆ ਗਰਾਊਂਡ ਬਹਾ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਖੇਡਣ ਯੋਗਾ ਕਰਤਾ ਕੀਤਾ ਹੋਇਆ। ਅਤੇ ਉਹਨਾਂ ਨੇ ਦੂਸਰੇ ਦਿਨ ਮੈਚ ਰੱਖੇ, ਮੈਨੂੰ ਕਹਿੰਦੇ ਵੀਰੇ ਤਾਂ ਆਉਣਾ ਜ਼ਰੂਰ। ਮੈਂ ਕਿਹਾ ਕੋਈ ਨਹੀਂ ਵੀਰੇ, ਮੈਂ ਹਾਜ਼ਰ ਹਾਂ, ਮੈਂ ਵੀ ਖੇਡਾਂ 'ਚ ਦਿਲਚਸਪੀ ਰੱਖਦਾ ਜੀ। ਅਤੇ ਜਦੋਂ ਮੈਂ ਉੱਥੇ ਗਿਆ ਮੈਨੂੰ ਕਹਿੰਦੇ ਵੀਰੇ ਅਸੀਂ ਮੈਚ ਦਾ ਆਗਾਜ਼ ਕਰਨ ਲੱਗੇ ਹਾਂ ਵੀ ਤੁਸੀਂ ਸਾਡੇ ਮੈਚ ਦੀ ਓਪਨਿੰਗ ਕਰ ਦਿਓ। ਅਤੇ ਹਾਂਜੀ, ਐਜ਼ ਏ ਚੀਫ ਗੈਸਟ ਕਹਿੰਦੇ ਵੀ ਤੁਸੀਂ ਓਪਨਿੰਗ ਆਓ। ਮੈਂ ਕਿਹਾ ਮੈਂ ਤਾਂ ਤੁਹਾਡੇ ਵਿੱਚ ਖੇਡਿਆ ਪਲਿਆ ਬੰਦਾ ਵਾਂ। ਕਹਿੰਦੇ ਨਹੀਂ ਵੀਰੇ, ਜੋ ਤੁਸੀਂ ਸਾਡੇ ਲਈ ਇੰਨਾ ਕਰ ਰਹੇ ਹੋ। ਮੈਂ ਕਿਹਾ ਚੱਲ ਆ ਜਾਓ ਯਾਰ, ਮੈਂ ਉੱਥੇ ਉਹਨਾਂ ਦੀ ਓਪਨਿੰਗ ਕਰਤੀ, ਉਹਨਾਂ ਦਾ ਮੈਚ ਚੱਲ ਪਿਆ, ਮੈਂ ਘਰੇ ਚਲਿਆ ਗਿਆ। ਉਸ ਤੋਂ ਬਾਅਦ 2 ਵਜੇ ਮੈਂ ਆਪਣਾ ਘਰੇ ਫ੍ਰੀ ਸੀਗਾ, ਮੈਂ ਕਿਹਾ ਚਲੋ ਮੈਂ ਬੈਡਮਿੰਟਨ ਖੇਡਣ ਦਾ ਸ਼ੌਕੀਨ ਹਾਂ। ਮੈਂ ਆਪਣਾ ਰੈਕਟ ਲੈ ਕੇ ਗਰਾਊਂਡ ਦੇ ਵਿੱਚ ਹਾਜ਼ਰ ਹੋ ਗਿਆ ਜੀ। ਅਤੇ ਉੱਥੇ ਮੈਂ ਖੇਡ ਰਿਹਾ, ਅਚਾਨਕ ਪੁਲਿਸ ਆਉਂਦੀ ਆ, ਆ ਕੇ ਦਬਕੇ ਦੇ ਨਾਲ, ਉਹ ਕੌਣ ਕਰਾ ਰਿਹਾ ਹੋਇਆ ਇਹ? ਮੈਂ ਪਰੇ ਬੈਠਾ, ਮੈਨੂੰ ਨਹੀਂ ਪਤਾ ਵੀ ਇਹ ਕਿਸ ਮਸਲੇ 'ਤੇ ਆ ਰਹੀ ਆ। ਅਤੇ ਕੌਣ ਕਰਾ ਰਿਹਾ ਇਹ? ਉਹ ਕਹਿੰਦੇ ਜੀ ਕੋਈ ਨਹੀਂ ਕਰਾ ਰਿਹਾ, ਅਸੀਂ ਤਾਂ ਖੇਡਦੇ ਹਾਂ। ਜੱਗੀ ਕੌਣ ਆ? ਬਾਏ ਨੇਮ ਪੁੱਛਿਆ ਜਾਂਦਾ ਜੀ। ਕਹਿੰਦੇ ਜੱਗੀ ਵੀਰ ਤਾਂ ਉਹ ਬੈਠਾ ਨਿਆਣੇ, ਕਹਿੰਦੇ ਤੁਹਾਡਾ ਨਿਕਨੇਮ ਹੈ? ਹਾਂਜੀ, ਮੇਰਾ ਨਿਕਨੇਮ ਜੱਗੀ ਆ ਜੀ, ਅਤੇ ਆਮ ਜਗਜੀਤ ਸਿੰਘ ਨਾਮ ਹੈ।
तो मैं गया तो वह चलो लोकल पुलिस आ जान पछाण भी होंगी जानते रहते हैं तो मैं क्या की हाल है फिर की गल होगी मैंने कहते ओ टूरनामेंट करा तू मैं जी आ टूरनामेंट तो लोकल मैच ने ठीक है जी कि नहीं दूसरी गल खेड रहे हैं मेरा कोई इस टूरनामेंट हाथ नहीं है कि जवाकों के मैच ने भी ये खेड रहे हैं मैं तो एक जस्ट इन्हों के नाल खेड कूद लैंदा वा जा माड़ा मोटा अपना ग्राउंड वगैरह की मेंटेनेंस करने वाला एक समाज सेवक हाँ तो मैंने कहते बह जा गड्डी चलो मैं जो कोई अपराधी हो नहीं मैं क्यों गा पाँगा जी मैं बैठ गया मैं चलो आज चलीए मेरा फोन फड़ के मैंने कहते बंद कर लिया मैं ब्रदर नहीं थोड़े भरोसा मैं बैठ गया जो मैं गड्डी बिना कहो मैं फोन नहीं फड़ा चलो मैंने गड्डी तो मेरे को फोन रहा मैंने थाने लैके मेरा फोन भी फड़ लिया गया जी उ तो उत्थे एस एच ओ साहब मिले मैंने कहते टूरनामेंट करा तू मैं सर जी भी तफ्तीश करो भी की है टूरनामेंट मैं करवा रहा तो नहीं नहीं फड़ो ये परचा दो मैं फिर भी मैं सर जी सॉरी जवाक खेड़ते हैं भी तुम कि हरकत गलत है जी है ना भी हो रही नहीं पता कि करोना चल रहा ठीक है शराब के ठेकों से रश हों आप देखे समागम जोड़े होंगे ने सरकारी समागम होंगे ने या होर सोशल इवेंट्स होंगे ने रश हों पर एक रिस्पोंसिबल सिटीजन होने के नाते साड़ी जिम्मेवारी बनती है कि असी अजिहे इकट्ठ नूं वधावा ना दईए देखो जी दो गल्लां ने एक तो उस दिन वीरवार आ नॉट ए लॉकडाउन ठीक है जी उस दिन सरकार वालों अथॉरिटी ने असी खेड़ कूद सकते हैं तो दूसरी गल आ वह मैं करवाया ही नहीं जदों मेरा टूरनामेंट के सिर्फ यह रोल आ भी मैं बच्चों को ग्राउंड बाके देता चीफ गैसट बनना महंगा पै गया बस मैंने इन्ना क्या भी चीफ गैसट बनना महंगा पै गया जब सरकारी इन्हों की कांग्रेस सरकार की रंजिश ला लो भी कल का जवाक भी सानू तो कोई पुछता नहीं ठीक है इन्हों के काम इदा देने नहीं नौजवान पसंद करते होने बुला लेंदे मैंने कोई प्रॉब्लम नहीं भी वह खुंदक के भी यह कल के जवाक तो ओपनिंग होने लग गए ज कुछ भी इस रंजिश की वजह करके मैंने चक्या गया टूरनामेंट का दावे किस तरह कह सकते हो कि खुंदक की वजह खुंदक की वजह ना इस करके क्योंकि लंबे समय तो जी मैं समाज भलाई के काम जो कर रहा वा तो मैंने रोकने की कोशिशें करें और मैं एज ए धमकिया आदियां रिंदियां ने और तू टिक जा तेरे परचा होजू कारण की आ मेरी फैमिली कैनेडा वा जी तो उन्होंने ये भी मैनू एक परचे का हुआ बना भी तू कद कनेडा नहीं जा सकता तेन इतें ही असं दब लाँगे फलाने ढिमका जे मैं गलत नहीं हाँ तुम जगजीत तो जेड़े एक पोते वालों एक दादी को घसीट के घरों बाहर वो कुटमार की गई सी उस तो बाद दादी जी कह दें कि मैं कोई प्रॉब्लम नहीं है मेरा पोता है अपना मैं कोई शिकायत नहीं उस कंप्लेन लिखवाई सी हाँ जी मैम मैं उही जगजीत हाँ जी बेगौल पिंड वीडियो के देखी भी होनी एक चैनल भी एक माइक कह रहे थे जगी आएगा उदो मेरा यह काम से भी मैं वो टी आर पी नहीं चाहता स ठीक है मैं मीडिया मोहरिया इसलिए नहीं आया क्यों मेरा फर्ज स मैं अपना फर्ज अदा करके मैं अपना घर चलिया गया जी ते की मिले वो फर्ज निभा के जिस तो बाद दादी आप ही मुकर गई और देखो जी मैं एक गल दसदा मैं तुहाड़े नाल पहला भी जिकण गल शेयर करी आ माँ माँ हुंदी आ ठीक है जी माँ का तो यह एग्जाम्पलां ने जां कहानियां पर चल भी पुत टोटे करके सिट दे ना दिल लैके जाता हो ठेडा खा के डिग जाता दिल चो भी आवाज आँदी आ भी पुत तेरे सट्टा नहीं लगी तो उस माँ के उत्ते पोलीटिकली प्रैशर भी सी एक मैं बाकी बाय नेम कह सकता कांग्रेस सरकार दा वल्लों उत्थे दे कांग्रेसी विधायकों वल्लों कांग्रेसी लोगों वल्लों उन्हां ते एडना पोलीटिकल प्रैशर क्यों क्योंकि वो माई नहीं बोल सकदी वह बेचारे लोड़वंद परिवार ने मैं लोगों की आवाज़ हाँ मैं तो बोलूँगा ठीक है कारण की है जे कांग्रेस ने इमीजिएटली उहदे एक्शन किया हुंदा मुंडा अरैसट किया हुंदा ठीक है उस तों बाद जज मूहरे जाके मैं दसदी भी मैं माफ़ किया तुसीं इह गल देखो इन्ना चिर हो गया सी उह कांड होए नूं उह मुंडे की गिरफ्तारी नहीं की गई किड्डी शर्म वाली गल आ अपने समाज के लिए अपने देश लिए दुनिया चंद पहुँच गई ठीक है जी जो तो मेरे वर्गा जवाक खेड़ता उन्होंने तो तीह मिनटा चक के परचा भी दर्ज हो गया जी तीह मिनटा च मेरे से परचा भी दर्ज कर दिता गया तो उस बंद उस यह जे घनौने अपराध करने वाले बंद की अज तक भी मैं लिख के दे दो भी जे कि थाने पेश भी होया होगी जी जो थोड़े नाल होया तो 188 का परचा किया गया कह रहे हो इस पिछे कांग्रेसी आगुआ का हाथ है अजिहा क्यों लगता क्योंकि जी कुछ समय पहला तो मैं अपनी सरकार अन्नी तो बोली हो चुकी सरकार दी अखां ते कन्न खोलण की कोशिश कर रहा तो हुण सरकार आ उह मेरी बोलती नूं बंद कराउण ते उह चाहुंदी आ वी साडे वांगू तू भी गूंगा हो जा इस करके कांग्रेस सरकार ते मैं सीधा ब्लेम कर रहा वां भी मैं उहनां दे जदों खिलाफ दुनिया दे उत्ते जग जाहिर उहनां दे कर्मकांडां नूं कर रहा वां तां उह बाय देखो जी आया तां हुण पुलिस ठेके खुल्ले ने उत्थे पुलिस नहीं देखदी उसे दिन नौवीं दे गुग्गा माड़ी दे मेले ते जो अंधविश्वासी परिवार कह लिए जां लोक कह लिए उत्थे मिट्टी कढ रहे ने गुग्गे बाबे दी हज़ारों के कट्ठ मैं दिखाता गया यह जी गल रामपुर पिंड भी सी जी मेला जसपालों पिंड भी उस दिन मेला सी ते मैं कहता गया भी एक अद्धा इतों भी लै लो ठीक है कि नहीं चुप करके कोई रिस्पोंस नहीं जी मैनू लैके फड़ के ठीक है ते उस तो बाद जो तुसी हुण तुहाडे ते FIR हो गई तुहानू थाने लै गए तो किन्नी क देर सलाखां दे पिछे बहना पे उस तो बाद जी मैं मेरा फोन थाने दे विच बंद करके रख लिया गया तो कुदरती मेरा जी देखो एक कोई भी इंसान हुंदा वा उहदे आले लिंक आले दुआले लिंक हुंदे ने तो चलो मेरा एक परिवारक रिश्ता वा जथेदार संता सिंह मैदपुर जी नाल जो हलका समराला तो मुख सेवादार ने तो मैं मेरा फोन बंद करके रख लिता गया तो उत्थों मैं फोन फड़ के एक व्यक्ति का कुछ भले इंसान का रब ओ भला करे ठीक है जी जे मैं अज तुहाडे कोल इस
घटिया घनौने हरकत की पर्दाफाशी कर रहा तो उस बंदे की बदौलत तो मेरे मूँह जबानी नंबर जा सीगा जी इंसान का संता सिंह मैदपुर जी का मैं उन्होंने फोन करके दो शब्द कहा जथेदार जी मैंने पुलिस चक लिया जी दराहे हाँ तो उत्थे ले जाके जी फिर उन्होंने इमीजिएटली गल करिया तो उन्होंने भी यही गल कही गई जी साढ़े तो पोलीटिकली प्रैशर आ असी तो जी परचा कट्टांगे तो वह कहते ठीक है तो उन्होंने फिर अपना एक बंदा भेजा चंद अंकल ने जी और लोपो पिंड तो अपने बरजिंदर सिंह के मुनीम ने तो बंदे ने आके मेरी उत्थे जमानत भरी तो मैं जमानत से छड़िया गया वा जी तुहाडा परिवार भी इत्थे नहीं तुहाडी जमानत कराने लई कोई परिवारक मैंबर भी नहीं देखो मैं मेरे मदर ने ठीक है जी तो हुण एक किसान परिवार तो बिलोंग करदा पेंडू परिवार तो बिलोंग करदा जी साडियां धीआं भैणां नहीं थाणियां च धक्के खा सकदियां जी ठीक है तो इस करके मेरे परिवार तक का पुलिस ने इनफॉर्म भी नहीं किया जां प्रशासन ने किसी ने भी इनफॉर्म नहीं किया कि तुहाडा जवाक चक के लै गए ठीक है जी वो तो बस मेरे परिवार को तो उदों ही पता लगे जो मैं आके अपने हथ रंगे हुए वो शाही ना जो मेरी जमानत ही दिखाया कहते पुत यह मैं भी यह सच बोलन का नाम दिता गया मम्मी मैनू तो उन्होंने तो मैंने पहले ही मैं परिवार मैं इस गल तो कहना डरता भी पुत तू ना लोगों की आवाज़ उठाया कर भी तेनू यह मार देंगे मेरी तो मैं यह गल कहती है पर मैं चाहना भी मैं लोगों लिए जो मैं कुरबान हो जूँगा तो मैनू कोई प्रॉब्लम नहीं है पर यह सरकार का भांडा फुटना हुण बहुत जरूरी है अज तुसीं डीसी दफ्तर के बाहर धरना प्रदर्शन किया वो धरना प्रदर्शन तो जी धर्म सोचता सीगा तो इस प्रति गया पर मेरी किसी ने सुनी नहीं जी इस गलते बाद मैं कहा कि मैं डीसी साहब को मिलना पर मैं बाहर ही मुड़द कहते जी वो बीसी ने तुम मिल नहीं सकते मैं उन्होंने को यही बेनती करना सी उन्होंने जी देखो लोड़वंद गरीब परिवार जेडे पढ़ना चाहते हैं बच्चे उन्होंने करोड़ों का कपला जो जग जाहिर होया उन्होंने कोई कार्रवाई नहीं की जा रही जी ठीक है जी प्रशासन सुत्ता पै जिकर मैं पहला क्या अन्नी तो बोली सरकार के हत्थ पै गए हैं जी अन्नी तो बोली सरकार तरह तरह करते फिरते हैं असं लोग पर सा सुनने वाला इतने कोई नहीं जी बिल्कुल जी मैं इंसाफ की मंग मैं तो देखो जी केस यह मैनू तो यह गल कह के प्रशासन वालों भी भेजा कोई छोटा जा केस आ तेनू महीने खंड की सज़ा होगी पर मैं इंसाफ लिए लड़ रहा ठीक है जी जे मेरा कसूर आ मैनू फाहे ला दो मैं कोई प्रॉब्लम हस के फाहे लगूंगा जो तो मेरा कसूर है कोई नहीं मेरा कसूर यह है भी मैं जवाकों ग्राउंड बह के देना जब मैं लोगों की आवाज़ उठा लैंना इस कसूर की बदौलत मैं सज़ा दी जा रही है जी शेम ऑन कांग्रेस सरकार शेम ऑन ਇਹ ਜਿਹੜੇ ਇਕੱਠ ਹੋਏ ਸੀ ਤੁਸੀਂ ਕਹਿ ਰਹੇ ਹੋ ਮੇਲੇ ਲੱਗੇ ਹੋਏ ਸੀ ਠੇਕੇ ਦੇ ਬਾਹਰ 100 ਬੰਦਾ ਖੜਾ ਸੀ ਉਹਨਾਂ ਖਿਲਾਫ ਕੋਈ ਕਾਰਵਾਈ ਜੀ ਅੱਜ ਵੀ ਦੇਖ ਲਿਓ ਤੁਸੀਂ ਮੇਰੇ ਨਾਲ ਹੁਣ ਚੱਲੋ ਮੈਂ ਤੁਹਾਨੂੰ ਹੁਣੇ ਠੇਕਿਆਂ ਦੇ ਪਿੱਛੇ ਦਿਖਾ ਦੂੰਗਾ ਕਿ ਉਹ ਠੇਕੇ ਨੇ ਜੀ ਸਰਕਾਰ ਦੇ ਸਰਕਾਰੀ ਆਗੂਆਂ ਦੇ ਨੇ ਕਾਂਗਰਸੀ ਆਗੂਆਂ ਦੇ ਉੱਥੇ ਮਰਨਾ ਪ੍ਰਸ਼ਾਸਨ ਨੇ ਪੁਲਿਸ ਨੇ ਮਰਨਾ ਜੀ ਉੱਥੇ ਜਾ ਕੇ ਪਰਚਾ ਦਰਜ ਕਰਕੇ ਉਹਨਾਂ ਦੀ ਤਾਂ ਰਾਤੋ ਰਾਤ ਬਦਲੀ ਕਰ ਦਿੰਦੇ ਨੇ ਮੈਨੂੰ ਵੀ ਇਹੀ ਗੱਲ ਕਹੀ ਕਹਿੰਦੇ ਬੇਟਾ ਸਾਡੇ ਬੱਚੇ ਨੇ ਸਾਨੂੰ ਯਾਨੀ ਪੁਲਿਸ ਨੂੰ ਵੀ ਇਹ ਕਾਂਗਰਸ ਸਰਕਾਰ ਇੰਨਾ ਤੰਗ ਕਰ ਰਹੀ ਹੈ ਕੈਪਟਨ ਸਾਹਿਬ ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਵੀ ਆਪਣੇ ਨੁਮਾਇੰਦਿਆਂ ਨੂੰ ਸੰਭਾਲੋ ਖੁੱਲੇ ਹੋ ਚੁੱਕੇ ਨੇ ਖੁੱਲੇ ਰਾਕਸ਼ਸਾਂ ਵਾਂਗੂ ਸਾਡਾ ਖੂਨ ਨਿਚੋੜ ਰਹੇ ਨੇ ਇਹ ਆਗੂ ਲੋਕ ਠੀਕ ਹੈ ਜੀ ਪੁਲਿਸ ਨੂੰ ਦਬਾ ਰਹੇ ਨੇ ਪੁਲਿਸ ਨੂੰ ਕੰਮ ਨਹੀਂ ਸਹੀ ਤਰੀਕੇ ਨਾਲ ਕਰਨ ਦਿੱਤਾ ਜਾ ਰਿਹਾ ਠੀਕ ਹੈ ਜੀ ਇਹ ਠੇਕਿਆਂ ਦੇ ਉੱਤੇ ਪੁਲਿਸ ਰੇਡ ਕਰੂਗੀ ਜਦੇ ਫੋਨ ਵੱਜਦਾ ਛੱਡ ਦਿਓ ਸਾਡੇ ਬੰਦੇ ਨੇ ਇਹ ਹਾਲਾਤ ਨੇ ਜੀ ਕੈਪਟਨ ਸਾਹਿਬ ਦੇਖੋ ਤੁਹਾਡੇ ਪੰਜਾਬ 'ਚ ਕੀ ਹੋ ਰਿਹਾ ਤੁਸੀਂ ਤਾਂ ਕਰੋਨਾ ਦਾ ਢੋਂਗ ਰਚ ਕੇ ਤੁਹਾਨੂੰ ਉਦਣ ਦਾ ਤੁਸੀਂ ਨਿਕਲੇ ਨਹੀਂ ਮਹਿਲ 'ਚੋਂ ਇੱਕ ਦਿਨ ਨਿਕਲੇ ਤੁਹਾਨੂੰ ਕਰੋਨਾ ਹੋ ਗਿਆ ਸਾਡੇ ਵਰਗੇ ਬੰਦੇ ਨਹੀਂ ਜੀ ਜਿਹੜੇ ਥਾਣਿਆਂ ਦੇ ਵਿੱਚ ਅਦਾਲਤਾਂ ਦੇ ਵਿੱਚ ਹਜ਼ਾਰਾਂ ਦੇ ਇਕੱਠ 'ਚ ਧੱਕੇ ਖਾਂਦੇ ਫਿਰਦੇ ਆ ਇਨਸਾਫ ਮੰਗਦੇ ਸਾਨੂੰ ਨਹੀਂ ਹੋਇਆ ਤੁਹਾਨੂੰ ਹੋ ਗਿਆ ਚਲੋ ਹਮਦਰਦੀ ਆ ਵਾਹਿਗੁਰੂ ਤੁਹਾਨੂੰ ਸਿਹਤ ਜਾਬੀ ਬਖਸ਼ੇ ਜੇ ਹੋਇਆ ਪਰ ਤੁਸੀਂ ਇਹ ਦੇਖੋ ਵੀ ਤੁਸੀਂ ਸਾਡੇ ਪੰਜਾਬ ਦੇ ਮੁਖੀ ਹੋ ਜੀ ਲਾਣੇਦਾਰ ਹੋ ਤੁਸੀਂ ਆਪਣੇ ਪੰਜਾਬ 'ਤੇ ਨਜ਼ਰ ਰੱਖੋ ਤੁਹਾਡੇ ਪੰਜਾਬ ਦੇ ਵਿੱਚ ਤੁਹਾਡੇ ਰਾਜਨੀਤਿਕ ਆਗੂ ਕੀ ਹਾਲ ਕਰ ਰਹੇ ਨੇ ਜਦੋਂ ਪੁਲਿਸ ਦੇ ਨਾਲ ਵਾਹ ਪਿਆ ਤਾਂ ਕੀ ਕਹਿਣਾ ਸੀ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦਾ ਜਾਂ ਜਿਹੜੇ ਤੁਹਾਨੂੰ ਅਰੈਸਟ ਕਰਨ ਆਏ ਦੇਖੋ ਜੀ ਮੈਂ ਇੱਕ ਬਾਏ ਨੇਮ ਗੱਲ ਨਹੀਂ ਕਰੂੰ ਕਿਉਂ ਮੈਨੂੰ ਉਹਦੇ ਬੱਚਿਆਂ ਦੀ ਫਿਕਰ ਆ ਪਰ ਮੈਂ ਉਹ ਪੁਲਿਸ ਪ੍ਰਸ਼ਾਸਨ ਦਾ ਬਿਆਨ ਗੁਰੂ ਦੀ ਹਜ਼ੂਰੀ 'ਚ ਹਾਜ਼ਰ ਨਾਜ਼ਰ ਹੋ ਕੇ ਦੱਸਦਾ ਕਹਿੰਦੇ ਬੇਟਾ ਬਹੁਤ ਅਫਸੋਸ ਹੋ ਰਿਹਾ ਤੇਰੇ ਤੇ ਕਰਨਾ ਪੈ ਰਿਹਾ ਪਰ ਇਹ ਸਿਆਸੀ ਰੰਜਿਸ਼ ਦੀ ਵਜ੍ਹਾ ਕਰਕੇ ਹੋ ਰਿਹਾ ਤੇਰੇ ਤੇ ਸਿਆਸੀ ਪ੍ਰੈਸ਼ਰ ਇਹ ਗੱਲ ਕਹੀ ਆ ਜੀ ਇੱਕ ਮੁਲਾਜ਼ਮ ਨੇ ਬਟ ਮੈਂ ਉਹਦਾ ਨਾਮ ਐਸੇ ਕਰਕੇ ਦਿੰਦਾ ਮੈਨੂੰ ਪਤਾ ਵੀ ਰਾਤੋਂ ਰਾਤ ਉਹਦੀ ਮੈਂ ਮੇਰਾ ਕੀ ਆ ਜੀ ਮੈਨੂੰ ਤਾਂ ਗਰੀਬ ਨੂੰ ਇੱਥੇ ਫਸਾਦਾ ਕਿਤੇ ਹੋਰ ਫਸਾਦਾ ਮੈਂ ਤਾਂ ਇਨਸਾਫ ਮੰਗਦਾ ਫਿਰੀ ਜੂੰਗਾ ਪਰ ਮੈਂ ਉਸ ਬੱਚਿਆਂ ਦੀ ਉਹਦੇ ਬੰਦੇ ਦੇ ਬੱਚਿਆਂ ਦੀ ਪਰਵਾਹ ਕਰਦਾ ਉਹਦਾ ਨਾਂ ਨਹੀਂ ਲੈ ਰਿਹਾ ਹਜ਼ਾਰਾਂ ਲੱਖਾਂ ਨੌਜਵਾਨ ਹਜ਼ਾਰਾਂ ਲੱਖਾਂ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਹੈ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਦੀ ਆਵਾਜ਼ ਜਾਂ ਤਾਂ ਪਹੁੰਚ ਰਹੀ ਹੈ ਜਾਂ ਨਹੀਂ ਪਹੁੰਚ ਰਹੀ ਇਹ ਇਨਸਾਫ ਕਿਸੇ ਨੂੰ ਮਿਲ ਰਿਹਾ ਕਿਸੇ ਨੂੰ ਨਹੀਂ ਮਿਲ ਰਿਹਾ ਮੈਕਸੀਮਮ ਤਾਂ ਲੋਕਾਂ ਨੂੰ ਇਨਸਾਫ ਮਿਲਦਾ ਹੀ ਨਹੀਂ ਹੈ ਜਿਸ ਤੋਂ ਬਾਅਦ ਕਦੀ ਉਹਨਾਂ ਦਾ ਜੁਡੀਸ਼ਰੀ ਤੋਂ ਵਿਸ਼ਵਾਸ ਉੱਠ ਜਾਂਦਾ ਹੈ ਕਦੀ ਪੁਲਿਸ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠ ਜਾਂਦਾ ਹੈ ਸਰਕਾਰਾਂ ਨੂੰ ਆਮ ਤੌਰ 'ਤੇ ਲੋਕ ਭੰਡਦੇ ਦਿਖਾਈ ਦਿੰਦੇ ਨੇ ਆਮ ਲੋਕ ਆਮ ਆਦਮੀ ਜਾਏ ਕਿੱਥੇ ਪ੍ਰਸ਼ਾਸਨ ਤੋਂ ਤਾਂ ਜੀ ਮੈਂ ਤੁਹਾਨੂੰ ਇੱਕ ਮੈਂ ਨੌਜਵਾਨ ਹੋਣ ਨਾਤੇ ਦੱਸਦਾ ਮੇਰਾ 1% ਵਿਸ਼ਵਾਸ ਨਹੀਂ ਰਿਹਾ ਭਰੋਸਾ ਹੀ ਨਹੀਂ ਰਿਹਾ ਕਾਰਨ ਕੀ ਆ ਮੈਂ ਇਸ ਪਰਚੇ ਦੇ ਪ੍ਰਤੀ ਇੱਕ ਉਦਾਹਰਨ ਦੇ ਕੇ ਗੱਲ ਦੱਸਦਾ ਕੁਝ ਸਮਾਂ ਪਹਿਲਾਂ ਮੇਰੀ ਵੀਡੀਓ ਤੁਸੀਂ ਵੀ ਦੇਖੀ ਹੋਣੀ ਹੈ ਇੱਕ WWICS ਦੇ ਖਿਲਾਫ ਮੈਂ FIR ਦਰਜ ਕਰਾਈ ਸੀ ਠੀਕ ਹੈ ਇਮੀਗ੍ਰੇਸ਼ਨ ਵਾਲੇ ਹਾਂਜੀ ਤੇ ਉਹਦੇ ਤੇ 6 ਮਹੀਨੇ ਮੈਂ ਧੱਕੇ ਖਾਂਦਾ ਫਿਰੀ ਗਿਆ ਜੀ SSP ਸਾਹਿਬ ਦਾ ਦਫ਼ਤਰ ਵਾਲੇ ਦਾਲੇ
मेरी तो दरखास्त का परचा भी नहीं दायर होया जी, परचा छोड़ो उन्होंने कोई अरैसट नहीं, कोई उन्होंने तलब भी नहीं किया। तो आ जवाकों खेडन दे विच देखो जी भी इन्हों इन्नी खुंदक हो गई भी एक न्याणा खेड रहा वो चक 30 मिंट च परचा दर्ज। सरकार कहती सी कि कुछ ही हफ्तों के नशा खत्म हो जाएगा, नौजवानों वो तो वो सानू ये प्रेरित करना चाहिए कि तुम खेडों वाल लगो, तुम चंगी चीज़ों प्रमोट करो, तो जो नौजवान इन्होंने चीज़ों आप प्रमोट कर रहे हैं तो उन्होंने इस तरह की। मैं जी खुद इन्ना मैंटली अपसैट हो चुका ना सुमन मैम भी, मैं खुद ड्रग की गिरफ्त च जाने के लिए तैयार होया बैठा भी जो मैं खेडन का दिता नहीं जा रहा। ठीक है जी भी असं खेडना चाहते सूँ खेडन नहीं, सूँ कोई जिम नहीं, सूँ कोई फैसिलिटी नहीं, मेरे दिमाग से इन्ना डिप्रैशन इस सरकार ने पाता है, सिर्फ इन्हों के फोके दावे ने जी। ठीक है नशा खत्म कर देंगे, नशा खत्म करने पंजाब सरकार की नहीं कर रही, पुलिस प्रशासन 30 मिनटों से खेडता नौजवान तक जाके लिया सकती है ग्राउंड। जो थोड़े दिमाग से थॉट आ रहा है तो बहुत गलत थॉट है। मैं करा की जी जो मेरी सुनवाई ही नहीं हो रही, मैं किधर नूं जावां, मैनूं ग्राउंड च बड़न नहीं दिता जाता, घरे बेरोजगार हाँ। ठीक है जी असं बेरोजगार नौजवान हाँ, लॉकडाउन से सानू घरे मेहने बजदा, जाओ कोई काम कर लो, ग्राउंड च खेडन जाने सानू चक्के परचे कट दिते जाते हैं, साढ़े दिमाग और थॉट आवेगी जी गलत पास ही जाना फिर असी। मैं तो कैप्टन साहब को कहना भी जिंदगी सर मेरी जिंदगी नहीं है, नौजवानों की जिंदगी है, मैनू बचाओ। जे तुसी चाहुंदे हो भी मेरे वर्गे प्लेयर पंजाब च जम्मण, होर जवान समाज सेवी जिहड़े ग्राउंडां नू संभालण जां एक समाज दे प्रति अपना फर्ज अदा करन, तां मेरी इह दरखास्त नू रद्द करो जी। मैं साहब अक्सर कहिंदे दिखाई दिंदे ने कि पंजाब दी नौजवान पीढ़ी जो नशे दी दलदल दे विच तसदी दिखाई दे रही है, उसनू बचाण दे लई वध तों वध यतन कीते जाणगे, पर कैप्टन साहब जिहड़ी नौजवान पीढ़ी नशियां तों दूर ते ग्राउंडां दे विच है, खेडां दे नाल जुड़ी हुई है, उन्हां नौजवानां नूं जे तुसी या तुहाडी सरकार दे कुछ आगू, कांग्रेस सरकार दे कुछ आगू जिहड़े ने इन्हां नूं खेडां तों दूर करन दी कोशिश करनगे, तां इन्हां दा इह सवाल है कि जे नशियां वल ना जाण तां की करन। इस सवाल दा जवाब देना लाजमी है कांग्रेस सरकार दे उन्हां आगूआं दे लई जिन्हां वल्लों इह धक्केशाही दा इल्ज़ाम इन्हां दे वल्लों लगाया गया। तुसी बाय नेम जाणदे हो किसदा इह प्रैशर सीगा? देखो जी मैं बाय नेम नहीं, मैनूं जे पुलिस कह दिंदी भी बाय नेम पुत तेनू ए भी देखा एक खास मुखबर पुलिस नौ लै दे जी वो मुखबर का, क्यों क्योंकि उत्ते भी बनती कानूनी कार्रवाई बनती है, कारण की है जो उन्हें झूठी इतलाह दी है। ठीक है जी उस मुखबर का नाम पुलिस को पता वा, वो पुलिस तो जानन, कैप्टन साहब जानन, उन्होंने विधायक जानन, जां मेरे जिहड़े मानयोग जज साहब जिन्हां मूहरे किसी दिन मैनूं पेश किया जाऊ वो जानन जी भी ये किहड़ा मुखबर सी जिन्हें एड्डी घराउणी हरकत करी। ठीक है कैप्टन साहब तुसीं अक्सर लाइव हो के आस कैप्टन या बहुत बार लाइव हो के फेसबुक पर बहुत सारे कमेंट्स का जवाब देने हो, सवालों का जवाब देने हो, तो चंद सवाल ये भी ने, कृपा करके इन्हों का भी जवाब दे दो। ये मेरे कैमरामैन परविंदर एक बार फिर तो तुहानू तस्वीर दिखा देंगे ने, ये कुछ सवाल इत्थे लिखे हुए ने, पिंड दे कुछ नौजवान जिहड़े खेडां नाल जुड़े हुए सी उत्थे ज़्यादा इकट्ठ तां नहीं सीगा? बिल्कुल जी उत्थे लोकल पिंड दे न्याणे खेडन वाले ने जी। किन्ने क लोग सीगे उत्थे? उत्थे 15 तों 20 मुंडे होणे आ जी बस, जिहड़े कि मैं नहीं इनवाइट कीते, एक मुंडा भी कह दे भी जगजीत सिंह ने सानू बुलाया ना ना ना, ओह जवाक जिवें एक दूजे नूं खेडदे देख के जी इकट्ठे हुंदे आ। ठीक है जी उदों दूसरे दिन पूर्ण लॉकडाउन च ऐतवार वाले दिन साढ़े पिंड कांग्रेसी आगूआं ने एक मीटिंग रखी है, वो वीडियो भी मैं तुहानूं दिखा दिंदा मेरे को पई आ, पर मैं नहीं परचियां दी नीतियां च पैणा चाहुंदा। मैं जिंदगी दे विच मैं थाणियां चों कचहरियां चों नौजवान लिया सकदा, मैं किसी नूं फड़ाउणा नहीं चाहुंदा। ठीक है इस करके मैं उन्हां दी कोई कार्रवाई की मंग नहीं करना, भी पेंडू भाईचारा मैं तो कामयाब रखना चाहुंदा, उन्हां नूं कायम रखना चाहुंदा। जिहड़ी गल जद के तुहाडे आगू आ कल दी गल दादा कल परसों दी जी तुहाडे मुख्यमंत्री जी नूं तुसीं शहीद मन्नदे हो, मन्नदे होंगे असीं नहीं नौजवान मन्नदे, क्यों साडी जवानी दा साडी कौम दा घाण करके गए ने उह। ठीक है जी उन्हां दे समागम कीते गए दराहे दे विच कीते गए, पिक्स ने आप मन्नदे ने आगू भी असीं आए हां, दूरों दूरों मंत्री आ के उत्थे कट सोशल डिस्टेंस दीआं धज्जियां उड़ा के गए ने, उत्थे तां कोई कार्रवाई नहीं कीती गई। सरदार अवनीत बिट्टू वल्लों अपील की गई सी कि इस बार कोई समागम नहीं करवाया जी, साडे दराहे समागम होया वा, उदियां पिक्स भी मेरे को सोशल मीडिया से आईया ने, तो मैं खुद उन्होंने सामभ के भी रखिया वा, तो वो बिट्टू साहब ने करी होनी अपील। ठीक है जी पर चलो उन्होंने मंत्री उन्होंने नहीं मनते तो ये समाज का की कसूर आ, सानू कानू करोना बंब बन के पेंदे ने जी, खेड दे न्याणियां तो इन्हां नूं करोना फैलदा, जबकि एक ग्राउंड पिंड तो बाहर का ग्राउंड असीं भज्जांगे पसीना आऊगा तां ही साडे चों करोना निकलूगा, करोना नूं मारना साडा शरीर नहीं करोना नूं मारना, जां सानू दवाई दस देण जे एडे कामयाब सरकार आ सानू दस दिन टैसट करदे साडे फिरी जांदे पिंडां च, साडे पिंड मेरा भी आए सीगे करन, मैं कहा तुसीं दवाई बना ली, कहिंदे ना जी, मैं फिर टैसट कदा करना हो, जां तां तुसीं दस्सो भी तैनूं दवाई देवांगे असीं। ठीक है जी इह गल आ भी उह उहनां दीआं नलैकियां ने जी, ते आपदीआं नलैकियां तां दिंदीआं नहीं, कहिंदे ने उहदे भी इक कहावत आ भी थोड़ा कुत्ता कुत्ता साडा कुत्ता टॉमी, जिहड़ी गल आ भी साडे तां जी चंगे काम कीते भी इहनां नूं कुत्तिआं समाने ने, ते आपदे जिहड़ा मर्जी मंदा चंगा उह भाई सरकार च जायज़ आ जी सारा कुछ। ठीक है कैप्टन साहब ये नौजवानों के कुछ सवाल ने, असीं उम्मीद करांगे कि आस कैप्टन या जदों भी कैप्टन साहब फेसबुक ते लाइव होण तुहाडे सवालों के भी जवाब जरूर दिते जाण। एक बार फिर तो तस्वीर इन्हां सवालों की तुहानूं दिखा दिंदे हां क्योंकि इन्हां दे तुसीं जवाब देने ने।
इस मुंडे ते भी जी कल पुलिस आई आ जी, इस मुंडे नूं भी सिर्फ इस करके भी बेचारा मेरे नाल रहिंदा वा, कल इहदे ते इक गमांडियां वल्लों परचा दायर कांग्रेसी आगुआं वल्लों करवा के इहनूं फड़ के लै के चले सी, ते मैं मूहरे गड्डी दे लेटिया, चलो मुलाजम चंगा सी, कहिंदे तुसीं बैठ के भाई अपनी उत्थे थाने जाके अपना पक्ष रख दिओ, इहनूं छड्ड के, पर इहनूं भी खुद चक्कणा सी, चाहे तुसीं मुंडे तों कर सकदे। तुहाडा की जुर्म सी कि नाल रहिंदे हो? हाँ जी, मेरे ये ब्रदर ने जी वड्डे, ते इन्हां ने एक साजिश रची ते साडे गवांढ दे विच उन्हां तों परचा करवाया भी असीं उन्हां दे घर कूड़ा सुट्टदे आ, ते उहदे विच उन्हां ने कल फिर मैनूं पुलिस लैण वास्ते आई, उन्हां ने आके दस्सिया, आके मेरा फोन फड़ लिता गया ते मैनूं गड्डी 'च बिठाया। ਤੁਹਾਨੂੰ ਕੀ ਲੱਗਦਾ ਪੁਲਿਸ ਮਜਬੂਰ ਹੋ ਜਾਂਦੀ ਹੈ ਜਿਹੜਾ ਇਹ ਪ੍ਰੈਸ਼ਰ ਪੋਲੀਟੀਕਲ ਪ੍ਰੈਸ਼ਰ ਪੈਂਦਾ ਹੈ ਤੇ ਪੁਲਿਸ ਨੂੰ ਆਪਣੀ ਡਿਊਟੀ ਦਾ ਜਾਂ ਆਪਣੀ ਇਹਨਾਂ ਦੀ? ਹਾਂਜੀ ਬਿਲਕੁਲ ਜੀ, ਅਸੀਂ ਕਹਿੰਦੇ ਇਹੀ, ਹਾਂਜੀ ਇਹ ਬਿਲਕੁਲ ਪੁਲਿਸ ਮਜਬੂਰ ਆ ਜੀ, ਇਹਨਾਂ ਤੋਂ ਹੁਣ ਜਦੇ ਧੱਕਾ ਕਰ ਰਹੇ ਨੇ ਪੁਲਿਸ ਵੀ ਕੀ ਕਰੇ ਹੁਣ ਇਹਨਾਂ ਦੀ ਜਾਂ ਸਰਕਾਰ ਆ, ਫਿਰ ਚੱਲਣਾ ਪੈਂਦਾ ਜੀ। ਬਿਲਕੁਲ ਜੀ, ਪੁਲਿਸ ਮਜਬੂਰ ਆ, ਕਾਰਨ ਕੀ ਆ, ਕੈਪਟਨ ਸਾਹਿਬ ਨੇ ਜਿਹੜਾ ਘਰ ਘਰ ਨੌਕਰੀ ਦਾ ਵਾਅਦਾ ਦਿੱਤਾ ਸੀ ਉਹ ਤਾਂ ਤੁਹਾਡੇ ਸਾਹਮਣੇ ਜਨਤਕ ਆ ਜੀ, ਠੁੱਸ ਹੋ ਚੁੱਕੇ ਆ, ਪਰ ਜਿਹੜੇ ਵਿਚਾਰੇ ਮੁਲਾਜ਼ਮ ਲੱਗੇ ਹੋਏ ਨੇ ਉਹਨਾਂ ਨੇ ਆਪਣੇ ਜਵਾਕਾਂ ਦੇ ਪੇਟ ਪਾਲਣੇ ਆ ਜੀ, ਠੀਕ ਆ। ਸਾਡੇ ਨਾਲ 84 ਟਾਈਮ ਕਿਹੜਾ ਪੁਲਿਸ ਨੇ ਕੁਝ ਕੀਤਾ ਨਹੀਂ ਜੀ, ਪ੍ਰਸ਼ਾਸਨ ਨੇ ਕੀਤਾ, ਕਾਰਨ ਕੀ ਸੀ, ਉਹਨਾਂ ਨੂੰ ਨਹੀਂ ਸ਼ਾਮ ਨੂੰ ਲਾ ਦਿੱਤਾ ਜਾਂਦਾ ਸੀ ਜੀ, ਠੀਕ ਆ। ਅਗਲਾ ਆਪਣੇ ਬੱਚਿਆਂ ਦੇ ਲਈ ਵੱਡੇ ਤੋਂ ਵੱਡਾ ਕ੍ਰਾਈਮ ਕਰਨ ਲਈ ਜਿਹੜਾ ਪਾਪੀ ਪੇਟਾਂ ਨੇ ਜੀ ਬਹੁਤ ਕੁਝ ਕਰਵਾ ਦਿੰਦਾ ਬੰਦੇ ਤੋਂ, ਇਹ ਕਹਿੰਦਾ ਮੈਂ ਨਹੀਂ ਕਰਨੂੰ, ਮੈਂ ਪੁਲਿਸ ਦੇ ਉੱਤੇ ਬਾਈ ਬਲੇਮ ਕਰਾਂ ਵੀ ਪੁਲਿਸ ਨੇ ਐਦਾਂ ਕਰਤਾ, ਕਿਉਂ ਨਹੀਂ ਮੈਂ ਕਹਿ ਰਿਹਾ, ਕਿਉਂਕਿ ਮੈਨੂੰ ਉਹਨਾਂ ਦੇ ਜਵਾਕਾਂ ਦੀ ਉਹਨਾਂ ਦੀ ਮਾਨਸਿਕਤਾ ਦੀ ਜਾਂਚ ਆ, ਮੈਂ ਉਹਨਾਂ ਦੇ ਨੇੜੇ ਤੋਂ ਗੁਜ਼ਰਿਆ ਹੋਇਆ, ਮੈਂ ਤਾਂ ਆਪਣੇ ਪਿੰਡੇ 'ਤੇ ਹੰਢਾ ਰਿਹਾ ਇਹ ਚੀਜ਼ਾਂ ਨੂੰ ਵੀ ਇਹ ਸਰਕਾਰੀ ਸ਼ਹਿਾਂ ਇਹੋ ਜਿਹੀਆਂ ਚੀਜ਼ਾਂ ਨੇ, ਸਰਕਾਰੀ ਦੈਂਤ ਬਣ ਚੁੱਕੇ ਨੇ ਜੀ, ਜੋ ਪੰਜਾਬ ਦੀ ਸਰਕਾਰ ਆ ਇਹ ਦੈਂਤ ਰੂਪੀ ਸਰਕਾਰ ਆ, ਇਹ ਨੌਕਰੀਆਂ ਦੇਣੀ ਬਜਾਏ ਖਾ ਰਹੀ ਆ ਜੀ ਲੋਕਾਂ ਦੀਆਂ, ਕੱਢਣ ਨੂੰ ਤਿਆਰ ਬੈਠੀ ਆ ਜੀ। ਪੰਜਾਬ ਸਰਕਾਰ ਇਸ ਵੇਲੇ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਹੈ, ਪੰਜਾਬ ਸਰਕਾਰ ਜਾਂ ਕਹਿ ਲਓ ਕਾਂਗਰਸੀ ਆਗੂਆਂ ਵੱਲੋਂ ਜਿਹੜੀ ਇਹ ਧੱਕੇਸ਼ਾਹੀ ਕੀਤੀ ਗਈ ਹੈ, ਇਹਨਾਂ ਨੌਜਵਾਨਾਂ ਨੇ ਆਪਣਾ ਦਰਦ ਜਿਹੜਾ ਬਿਆਨ ਕੀਤਾ ਹੈ, ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਸਵਾਲਾਂ ਦੇ ਜਵਾਬ ਅਸੀਂ ਜ਼ਰੂਰ ਲੈ ਸਕਾਂਗੇ ਕੈਪਟਨ ਸਰਕਾਰ ਤੋਂ, ਇਹਨਾਂ ਦੇ ਸਵਾਲ ਅਸੀਂ ਜ਼ਰੂਰ ਪਹੁੰਚਾ ਸਕੀਏ, ਤਾਂ ਕਿ ਇਹਨਾਂ ਨੌਜਵਾਨਾਂ ਨੂੰ ਜਿਹੜੀ ਉਮੀਦ ਹੈ ਕਿ ਇੱਕ ਨਾ ਇੱਕ ਦਿਨ ਇਹਨਾਂ ਨੂੰ ਇਨਸਾਫ ਜ਼ਰੂਰ ਮਿਲੇਗਾ, ਇਹ ਉਮੀਦ ਤੇ ਇਹ ਖਰੀ ਉਤਰੇ ਸਰਕਾਰ। ਜੇ ਕੈਪਟਨ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਇਮਾਨਦਾਰੀ ਦੇ ਨਾਲ ਕੰਮ ਕਰੇਗੀ, ਤਾਂ ਇਮਾਨਦਾਰੀ ਦੇ ਨਾਲ ਇਸ ਮਾਮਲੇ ਦੀ ਜਾਂਚ ਹੋਣੀ ਵੀ ਲਾਜ਼ਮੀ ਹੈ। ਕੈਮਰਾਮੈਨ ਪਰਵਿੰਦਰ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਲੁਧਿਆਣਾ।